साडे जथेबंदी वारस पंजाब दे उत्ते झूठे परचे किए जा रहे हैं। अच्छा जी, टीटी सिंघा उत्ते परचे किए जा रहे, जे किसी ने दो जणिआं ने चार जणिआं ने किसी ने दो चपेड़े मारते। सत श्री अकाल जी, इस वेले खबर निकल के आ रही है कि जेड़े सिंघां दा जत्था भाई अमृतपाल सिंह दा साधने लई पहुँच रहा सी, उन्हां नूं रास्ते विच रोक लिया जांदा है, ते हुण खबर निकल के आ रही है कि उन्हां जत्थिआं दीआं गिरफ्तारियां शुरू हो गईआं। पुलिस व प्रशासन वालों उन्हां जत्थिआं नूं गिरफ्तार कर लिया गया है, ते पुलिस प्रशासन ने बीबियां नूं ते सिंघां नूं काफ़ी वड्डी गिणती विच गिरफ्तार किया है। ਤੁਸੀਂ ਦੇਖ ਸਕਦੇ ਹੋ ਵੀਡੀਓ। ਭਾਈਆ ਵੇਖੋ ਕਿੱਡੀ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਇਸ ਦੇਸ਼ ਦੇ ਵਿੱਚ ਕਿਹਾ ਜਾਂਦਾ, ਅਸੀਂ ਤਾਂ ਚਲੋ ਇਹਨੂੰ ਨਹੀਂ ਮੰਨਦੇ ਇਸ ਗੱਲ ਨੂੰ, ਪਰ ਇਹ ਕਹਿੰਦੇ ਆ ਕਿ ਵੀ ਲੋਕਤੰਤਰ ਦੇ ਵਿੱਚ ਹੱਕ ਆ ਤੁਹਾਨੂੰ ਪ੍ਰੋਟੈਸਟ ਕਰਨ ਦਾ, ਤੇ ਆ ਪ੍ਰੋਟੈਸਟ ਕਰਦਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ, ਜਿਹੜਾ ਸ਼ਾਂਤਮਈ ਸੀਗਾ, ਸਾਡੇ ਕੋਲ ਕੋਈ ਹਥਿਆਰ ਨਹੀਂ ਗਏ, ਕੋਈ ਅਸੀਂ ਗ੍ਰਨੇਡ ਨਹੀਂ ਚੱਕੀ ਫਿਰਦੇ, ਜਿਹੜੇ ਸ਼ਰੇਆਮ ਇੱਥੇ ਵੱਡੇ ਵੱਡੇ ਅਸਲਿਆਂ ਦੇ ਨਾਲ ਜਿਹੜੇ ਗੈਂਗਸਟਰ ਇੱਕ ਦੂਜੇ ਨੂੰ ਮਾਰ ਰਹੇ ਆ, ਉਧਰਲੇ ਪਾਸੇ ਦਾ ਹਥਿਆਰ ਨਹੀਂ ਗਾ, ਤੇ ਇੱਥੇ ਵੇਖੋ ਕਿਵੇਂ ਵਾਟਰ ਕੈਨਨ ਵਾਲੀਆਂ ਲਾਈਆਂ ਹੋਈਆਂ ਇਹਨਾਂ ਨੇ ਗੱਡੀਆਂ, ਤੇ ਇੱਥੇ SP ਡਿਪਟੀ ਤੇ ਸਾਰੇ ਥਾਣਿਆਂ ਦੇ SHO ਨਫਰੀ ਪੂਰੀ। ਆਪਣੇ ਗਮੀ ਸਿੰਘ ਜੀ, ਜਿਹੜਾ ਆਪਣੇ ਭਾਈ ਦੀਪ ਸਿੰਘ ਕਹਿ ਗਏ ਸੀਗੇ ਵੀ ਆਪਣਾ ਇਹ ਜਿਹੜਾ CM ਹੈਗਾ ਵਾ ਬੇਅੰਤੇ ਬੁੱਚੜ ਵਾਲੇ ਇਹ ਕੰਮ ਕਰਨਗੇ, ਉਹਨਾਂ ਦੀ ਇੱਕ ਇੱਕ ਭਵਿੱਖਬਾਣੀ ਅੱਜ ਸੱਚੀ ਹੋ ਰਹੀ ਆ। ਉਹਨਾਂ ਨੇ ਕਿਹਾ ਸੀਗਾ ਪਹਿਲਾਂ ਹੀ, ਉਹਨਾਂ ਨੇ ਇਹ ਵੀ ਭਵਿੱਖਬਾਣੀ ਕਰਤੀ ਸੀ ਵੀ ਇਹਦੀ ਸਰਕਾਰ ਬਣੂਗੀ। ਅੱਛਾ ਜੀ, ਤਾਂ ਹੀ ਕਿਹਾ ਸੀ ਵੀ ਇਹ CM ਬਣ ਕੇ ਇਹ ਦੂਜਾ ਬੇਅੰਤਾ ਬੁੱਚੜ ਬਣੂਗਾ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਟੋਟਲ ਪੱਗਾਂ ਵਾਲੇ ਮੁੰਡੇ ਜਿਨ੍ਹਾਂ ਨੂੰ ਸਾਨੂੰ ਰੋਕਣ ਵਾਸਤੇ ਲਾਇਆ ਗਿਆ, ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਇੱਥੇ, ਪਰ ਮੈਂ ਕਹਿੰਦਾ ਵੀ ਪ੍ਰਸ਼ਾਸਨ ਵਾਲਿਆਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਵੀ ਤੁਹਾਡੇ ਹੱਥੋਂ ਤੁਹਾਡੇ ਭਰਾਵਾਂ ਦਾ ਕਤਲ ਕਰਾਉਣਾ ਚਾਹੁੰਦੀ ਆ ਦਿੱਲੀ ਦੀ ਹਕੂਮਤ, ਤੇ ਤੁਸੀਂ ਵੇਖੋ ਵੀ ਤੁਸੀਂ ਕਿਵੇਂ। ਬਿਲਕੁਲ, ਪਰ ਵੱਡੇ ਭਾਜੀ ਆਪਾਂ ਇਹ ਕੋਈ ਦੁੱਧ ਚੁੰਗਦੇ ਤੇ ਹੈਨੀ ਆ, ਇਹਨਾਂ ਨੂੰ ਵੀ ਤੇ ਪਤਾ ਹੀ ਆ ਵੀ 20-25 ਕਹਿ ਰਹੇ ਆ ਜੀ, ਡੈਪਟੀ ਰੈਂਕ ਤੱਕ ਤਾਂ ਮੂੰਹ ਮੁੱਕ ਕਹਿ ਰਹੇ ਸਾਡੀ ਮਜਬੂਰੀ ਆ, ਤੁਹਾਡੀ ਮਜਬੂਰੀ ਆ ਤਾਂ ਤੁਸੀਂ ਵਰਦੀ ਲਾ ਕੇ ਕਿੱਲੇ ਤੇ ਟੰਗ ਦਿਓ, ਬੱਚੇ ਤਾਂ ਰਕਸ਼ੇ ਵਾਲੇ ਦੇ ਵੀ ਰੋਟੀ ਖਾ ਕੇ ਸੌਂਦੇ ਆ।